ਅਸੀਂ ਅੱਜ ਇੱਕ ਉਹ ਸਕੂਲ ਦੇ ਵਿੱਚ ਪਹੁੰਚੇ ਹਾਂ ਜੋ 2015 ਦੇ ਵਿੱਚ ਬਿਲਕੁਲ ਖੰਡਰ ਸਕੂਲ ਸੀ ਅਤੇ ਅਸੀਂ ਅੱਜ ਇਹਦੀਆਂ ਸਾਰੀਆਂ ਤੁਹਾਨੂੰ ਆਪਣਾ ਮੈਂ ਮੇਰੇ ਸਾਥੀ ਨੂੰ ਇਹਦੀਆਂ ਆਪਾਂ ਤਸਵੀਰਾਂ ਦਿਖਾਉਣ ਜਿਸ ਦੇ ਇੱਕ ਅਧਿਆਪਕ ਨੂੰ ਜਿਸ ਨੇ ਇੰਨੀ ਮਿਹਨਤ ਕੀਤੀ ਹੈ ਤਾਂ ਉਸ ਅਧਿਆਪਕ ਨੂੰ ਜਿਹੜਾ ਹੈਗਾ ਅੱਜ ਰਾਸ਼ਟਰਪਤੀ ਵੱਲੋਂ ਆਪਣਾ 5 ਤਰੀਕ ਨੂੰ ਆਪਣਾ ਸਨਮਾਨਿਤ ਕੀਤਾ ਗਿਆ ਰਾਸ਼ਟਰਪਤੀ ਵੱਲੋਂ ਰਾਸ਼ਟਰੀ ਅਵਾਰਡ ਦੇ ਕੇ ਆਪਣਾ ਉਸਨੂੰ ਸਨਮਾਨਿਤ ਕੀਤਾ ਗਿਆ ਅਤੇ ਉਸ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਜਿਹੜਾ ਉਹਨਾਂ ਨੂੰ ਆਪਣਾ ਚਾਹ ਦੇ ਕੱਪ 'ਤੇ ਬੁਲਾਇਆ ਗਿਆ ਸੀਗਾ ਅਤੇ ਉਹ ਅੱਜ ਆਪਣੇ ਸਕੂਲ ਦੇ ਵਿੱਚ ਪਹੁੰਚੇ ਨੇ ਅਤੇ ਇੱਥੇ ਜੋ ਆਪਣਾ ਪਿੰਡ ਦੇ ਲੋਕਾਂ ਨੇ ਅਤੇ ਸਕੂਲ ਦੇ ਆਪਣਾ ਸਟਾਫ ਵੱਲੋਂ ਉਹਨਾਂ ਨੂੰ ਵੀ ਆਪਣਾ ਜਿਹੜਾ ਆਪਣਾ ਪੂਰਾ ਮਾਣ ਸਨਮਾਨ ਦਿੱਤਾ ਸਾਡੇ ਨਾਲ ਉਹ ਆਪਣਾ ਅਧਿਆਪਕ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਮੁਬਾਰਕਾਂ ਤੁਹਾਨੂੰ ਵੀ ਤੁਸੀਂ ਵੀ ਇਸ ਮੁਬਾਰਕ ਦੇ ਸ਼ਰੀਕ ਹੋ ਮੀਡੀਆ ਦੇ ਜ਼ਰੀਏ ਇਸ ਸਕੂਲ ਨੂੰ ਜ਼ਮੀਨ ਤੋਂ ਸਮਾਨ 'ਚ ਤੁਸੀਂ ਲਿਜਾਣ ਦੇ ਵਿੱਚ ਬੜਾ ਵੱਡਾ ਯੋਗਦਾਨ ਕੀਤਾ ਧੰਨਵਾਦ ਜੀ ਰਾਜੂ ਜੇ ਆਪਾਂ ਗੱਲ ਕਰੀਏ 2015 ਦੇ ਵਿੱਚ ਤੁਸੀਂ ਇਹ ਸਕੂਲ ਜੁਆਇਨ ਕੀਤਾ ਸੀ ਉਦੋਂ ਇਹਦੀ ਹਾਲਤ ਕੀ ਸੀ ਪਹਿਲਾਂ ਦੱਸੋ 2015 ਦੇ ਵਿੱਚ ਇੱਕ ਖਸਤਾ ਹਾਲ ਸਕੂਲ ਕਹਿ ਸਕਦੇ ਆਪਾਂ ਨੂੰ ਉਸ ਟਾਈਮ ਤੇ ਸਰਕਾਰਾਂ ਦਾ ਵੀ ਬਹੁਤਾ ਵਧੀਆ ਮੈਂ ਕਹਿ ਸਕਦਾ ਵੀ ਸਾਨੂੰ ਗ੍ਰਾਂਟਸ ਨਹੀਂ ਸੀ ਮਿਲਦੀਆਂ ਐਡੀਆਂ ਤੇ ਸਕੂਲ ਸੀ ਜਿਹੜਾ ਇੱਕ ਬੱਚੇ ਘੱਟ ਸੀਗੇ ਕਿਉਂਕਿ ਗ੍ਰਾਂਟਾਂ ਵੀ ਜ਼ਿਆਦਾ ਵੱਡੇ ਸਕੂਲਾਂ ਨੂੰ ਦਿੱਤੀਆਂ ਜਾਂਦੀਆਂ ਜਿੱਥੇ ਬੱਚੇ ਹੋਣ ਤਾਂ ਇੱਥੇ ਮੈਂ ਜਦੋਂ ਜੁਆਇਨ ਕੀਤਾ 2015 'ਚ ਤਾਂ ਉਦੋਂ ਬਾਅਦ 33 ਬੱਚੇ ਰਹਿ ਗਏ ਸੀਗੇ ਔਰ ਮੇਰੇ ਨਾਲ ਦੇ ਕੁਲੀਗ ਸੀ ਮੈਡਮ ਸੀਨੀਅਰ ਔਰ ਰਿਟਾਇਰ ਹੋ ਗਏ ਸੀ ਮੈਡਮ ਬਲਵਿੰਦਰ ਕੌਰ ਜੀ ਔਰ ਮੈਂ ਇੱਕ ਸਿੰਗਲ ਟੀਚਰ ਰਹਿ ਗਿਆ ਸੀ ਤਾਂ ਉਸ ਲੈਵਲ ਤੋਂ ਮੈਨੂੰ ਇੰਨਾ ਔਖਾ ਲੱਗਦਾ ਸੀ ਕਿ ਸਾਰੀਆਂ ਕਲਾਸਾਂ ਨੂੰ ਮੈਂ ਇਕੱਲਾ ਹੀ ਪੜ੍ਹਾ ਰਿਹਾ ਮਤਲਬ ਪਹਿਲੀ ਦੂਜੀ ਤੀਜੀ ਚੌਥੀ ਪੰਜਵੀਂ ਦੇ ਜਦੋਂ ਮੈਂ ਪੜ੍ਹਾਉਂਦਾ ਪਹੁੰਚਦਾ ਸੀ ਕੰਮ ਦਿੰਦਾ ਉਦੋਂ ਛੁੱਟੀ ਦਾ ਟਾਈਮ ਹੋ ਜਾਂਦਾ ਸੀ ਤਾਂ ਮੈਂ ਉਸ ਸਥਿਤੀ 'ਚੋਂ ਨਿਕਲਣ ਲਈ ਇਸ ਸਕੂਲ ਨੂੰ ਕਿਉਂਕਿ ਬੰਦ ਹੋਣ ਵੱਲ ਜਾ ਰਿਹਾ ਸੀ ਇੱਕ ਇਸ ਏਰੀਏ ਦਾ ਹੀ ਮੇਰੇ ਗੁਆਂਢੀ ਪਿੰਡ ਦਾ ਸਕੂਲ ਬੰਦ ਹੋ ਵੀ ਚੁੱਕਿਆ ਛੋਟਾ ਬੱਚੇ ਘਟਣ ਕਰਕੇ ਤਾਂ ਮੈਨੂੰ ਡਰ ਸੀਗਾ ਕਿ ਇਹ ਵੀ ਸਕੂਲ ਬੰਦ ਹੋਏਗਾ ਤਾਂ ਮੈਂ ਉਸ ਸਹੂਲਤਾਂ ਦੇ ਵਿੱਚ ਵਾਧਾ ਕੀਤਾ ਔਰ ਬੱਚਿਆਂ ਨੂੰ ਐਜੂਕੇਸ਼ਨ ਲੈਵਲ ਉਹਨਾਂ ਦਾ ਬੂਸਟ ਕੀਤਾ ਇਸ ਸਕੂਲ ਦੀ ਦਿੱਖ ਨੂੰ ਸੁਧਾਰਨ ਲਈ ਮੈਂ ਦਿਨ ਰਾਤ ਇੱਕ ਕੀਤਾ ਆਪ ਵੀ ਪੇਂਟਿੰਗ ਵਰਕ ਸਾਰਾ ਮੇਰਾ ਆਪਦਾ ਕੀਤਾ ਹੋਇਆ ਜਿਹੜਾ ਕਾਫੀ ਮਹਿੰਗਾ ਕੰਮ ਗਿਣਿਆ ਜਾਂਦਾ ਕਦੇ ਮੈਨੂੰ ਇੱਥੇ ਪਲੰਬਰ ਬਣਨਾ ਪੈਂਦਾ ਸੀ ਕਦੇ ਮਾਲੀ ਬਣਨਾ ਪੈਂਦਾ ਸੀ ਕਿਉਂਕਿ ਨਾ ਸਾਡੇ ਕੋਲ ਕੋਈ ਗ੍ਰਾਂਟ ਸੀ ਨਾ ਸਾਨੂੰ ਕੋਈ ਫੰਡ ਸੀ ਨਾ ਹੀ ਉਦੋਂ ਡੋਨਰ ਸੱਜਣ ਐਡੇ ਸਾਡੇ ਨਾਲ ਜੁੜੇ ਸੀ ਪਰ ਜਿਵੇਂ ਜਿਵੇਂ ਮੈਂ ਅੱਗੇ ਵਧਿਆ ਲੋਕਾਂ ਨੇ ਦੇਖਿਆ ਕਿ ਮਾਸਟਰ ਜੋ ਮਿਹਨਤ ਕਰ ਰਿਹਾ ਇੱਥੇ ਦਿਨ ਰਾਤਾਂ ਇੱਕ ਕੀਤੀਆਂ ਤਾਂ ਉਹਨਾਂ ਨੇ ਮੇਰੇ ਨਾਲ ਜੁੜੇ ਹੋ ਉਹਨਾਂ ਨੇ ਮੇਰੇ ਨਾਲ ਮੋਢੇ ਨਾਲ ਮੋਢਾ ਲਾਇਆ ਉਹਨਾਂ ਦਾ ਡੋਨੇਸ਼ਨ ਸਟਾਰਟ ਹੋਇਆ ਕਮਰੇ ਨਵੇਂ ਬਣੇ ਸਹੂਲਤਾਂ ਵਧੀਆ ਸਕੂਲ ਦੇ ਵਿੱਚ ਤਾਂ ਅੱਜ ਅਸੀਂ ਇਸ ਮੁਕਾਮ ਨੂੰ ਸਰ ਕੀਤਾ ਕਿ 2015 ਦੀ ਸਥਿਤੀ ਦੇ ਮੁਤਾਬਕ ਦੋ ਪਿੰਡ ਵਾਲੇ ਵੀ ਬੱਚੇ ਇੱਥੇ ਆਉਣਾ ਪਸੰਦ ਨਹੀਂ ਸੀ ਕਰਦੇ ਗੱਲ ਕਰੀਏ ਜੀ ਆਪਾਂ 2015 ਦੇ ਵਿੱਚ ਜਿਹੜੀ ਤੁਸੀਂ ਹਾਲ ਦੱਸਦੇ ਹੋ ਅੱਜ ਇਹ ਜਿਹੜਾ ਸਕੂਲ ਹੈ ਕੋਠੇ ਇੰਦਰ ਸਿੰਘ ਵਾਲਾ ਦੇਸ਼ ਨਹੀਂ ਪੂਰੇ ਵਰਲਡ ਦੇ ਵਿੱਚ ਅੱਜ ਇਸਦਾ ਵੀ ਆਪਣਾ ਨਾਮ ਆਇਆ ਅਤੇ ਪੂਰੇ ਆਪਣਾ ਜੇ ਆਪਾਂ ਇੰਡੀਆ ਦੇ ਵਿੱਚੋਂ ਗੱਲ ਕਰੀਏ ਤਾਂ ਵੀ ਤੁਹਾਨੂੰ ਆਪਣਾ ਵੀ ਆਪ ਸਨਮਾਨ ਦਿੱਤਾ ਗਿਆ ਕੀ ਲੱਗਦਾ ਵੀ ਇੰਨੀ ਮਿਹਨਤ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਕੀਤੀ ਹੈ ਪੂਰੇ ਭਾਰਤ ਦੇ ਵਿੱਚ ਇੱਕ ਕਰੋੜ 10 ਲੱਖ ਟੀਚਰ ਨੇ ਜਿਹਦੇ ਵਿੱਚੋਂ 50 ਟੀਚਰ ਸਕੂਲ ਸਿੱਖਿਆ ਨਾਲ ਸੰਬੰਧਿਤ ਚੁਣੇ ਗਏ ਆ ਤਾਂ ਇਸ ਪ੍ਰਾਪਤੀ ਨੂੰ ਤੁਸੀਂ ਆਪਣੇ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਲੱਖਾਂ ਟੀਚਰ ਦੇ ਪਿੱਛੇ 1 ਲੱਖ ਮਤਲਬ ਕਈ ਲੱਖਾਂ ਦੇ ਪਿੱਛੇ ਇੱਕ ਟੀਚਰ ਚੁਣਿਆ ਜਾਣਾ ਤਾਂ ਇਹ ਆਪਣੇ ਆਪ ਹੀ ਇਹ ਪ੍ਰਾਪਤੀ ਹੈ ਕਿ ਸਕੂਲ ਦੀਆਂ ਪ੍ਰਾਪਤੀਆਂ ਨੇ ਸਾਰੀਆਂ ਜਿਹਦੇ ਕਰਕੇ ਮਾਣ ਅੱਜ ਸਾਡੇ ਹਿੱਸੇ ਆਇਆ ਕਿਉਂਕਿ ਬੜਾ ਮਤਲਬ ਬਰੀਕ ਛਾਨਣਾ ਲੱਗਦਾ ਬੜੇ ਤੁਹਾਡੇ ਟੌਪਿਕ ਦੇਖੇ ਜਾਂਦੇ ਕਿ ਤੁਸੀਂ ਸਿੱਖਿਆ ਨੂੰ ਕੀ ਦੇਣਾ ਤੁਹਾਡੀ ਬੱਚਿਆਂ ਨੂੰ ਕੀ ਦੇਣਾ ਸਕੂਲ 'ਚ ਕੀ ਸੁਧਾਰ ਕੀਤਾ ਬੱਚਿਆਂ ਨੂੰ ਕਿੱਦਾਂ ਪੜ੍ਹਾ ਰਹੇ ਹੋ ਤੁਹਾਡੀਆਂ ਟੈਕਨੀਕਸ ਕੀ ਹੈ ਇਹ ਸਾਰੀਆਂ UGC ਵੱਲੋਂ ਨੈਸ਼ਨਲ ਜਿਊਰੀ ਆ ਉਹਦੇ ਵੱਲੋਂ ਵਾਚ ਕੀਤੀਆਂ ਜਾਂਦੀਆਂ ਜਿਸ ਤੋਂ ਬਾਅਦ ਤੁਹਾਨੂੰ ਨੈਸ਼ਨਲ ਅਵਾਰਡ ਦੇ ਲਈ ਸਿਲੈਕਟ ਕੀਤਾ ਜਾਂਦਾ ਕਿੰਨਾ ਸਮਾਂ ਫਿਰ ਤੁਸੀਂ ਇੱਥੇ ਆਪਣਾ ਸਕੂਲ ਦੇ ਵਿੱਚ ਵਿਆਪ ਦਿੰਦੇ ਸੀ ਰੋਜ਼ ਹਰ ਰੋਜ਼ ਗੱਲ ਕਰੀਦਾ ਕੋਈ ਤੈਅ ਨਹੀਂ ਸਕੂਲ ਲੱਗਣ ਦਾ ਟਾਈਮ ਜ਼ਰੂਰ ਤੈਅ ਹੁੰਦਾ ਸੀ ਵੀ ਸਰਦੀਆਂ ਦੇ ਵਿੱਚ 9 ਵਜੇ ਲੱਗਣਾ ਹੈ ਗਰਮੀਆਂ 'ਚ 8 ਵਜੇ ਲੱਗਣਾ ਇਹ ਤੈਅ ਹੁੰਦਾ ਸੀ ਪਰ ਛੁੱਟੀ ਦੀ ਕੋਈ ਸਾਡੀ ਹੈ ਨਹੀਂ ਸੀਗੀ ਲਗਭਗ ਕਈ ਵਾਰੀ ਦਿਹਾੜੀ ਵਾਲੇ ਵੀ ਤੁਸੀਂ ਹੈਰਾਨ ਸੁਣੋਗੇ ਦਿਹਾੜੀ ਵਾਲਿਆਂ ਦੀਆਂ ਜਿਹੜੀਆਂ ਟਾਈਮ ਓਵਰ ਹੋ ਜਾਂਦਾ ਸੀ ਇੱਥੋਂ ਜਾਂਦੇ ਸੀ ਮੂਰਦੀ ਤਾਂ ਉਹ ਸਾਨੂੰ ਦੇਖਦੇ ਸੀ ਕਿ ਮਾਸਟਰ ਜੀ ਹਜੇ ਵੀ ਲੱਗੇ ਹੋਏ ਆ ਤਾਂ ਉਹ ਟਾਈਮ ਸਾਰਾ ਦਿੱਤਾ ਤਾਂ ਅੱਜ ਇਹ ਸਕੂਲ ਆ ਜਿਹੜਾ ਸਹੂਲਤਾਂ ਨਾਲ ਲੈਸ ਬਣਿਆ ਕਿਉਂਕਿ ਜੇ ਤੁਸੀਂ ਟਾਈਮ ਦਿਓਗੇ ਅੱਜ ਦੇ ਟਾਈਮ 'ਚ ਹਾਲਾਤ ਇੱਦਾਂ ਦੇ ਆ ਵੀ ਹਰੇਕ ਚੀਜ਼ ਦੀ ਸਾਨੂੰ ਗਰੰਟੀ ਮਿਲਦੀ
ਤਾਂ ਉਸ ਸਥਿਤੀ 'ਚੋਂ ਕੱਢਣ ਲਈ ਪਹਿਲਾਂ ਮੈਨੂੰ ਵਰਕ ਆਪਣੇ ਹੱਥਾਂ ਨਾਲ ਹੀ ਕਰਨਾ ਪਿਆ। ਤਾਂ ਹੁਣ ਸਾਨੂੰ ਸਰਕਾਰ ਨੇ ਵੀ ਯੋਗਦਾਨ ਦਿੱਤਾ, ਪੰਜਾਬ ਸਰਕਾਰ ਦਾ ਅਸੀਂ ਧੰਨਵਾਦ ਕਰਦੇ ਹਾਂ ਕਿ ਪੂਰੀ ਬੈਲਟ ਜਿਹੜੀ ਕਮਰੇ ਦੇਖ ਰਹੇ ਹੋ ਪੰਜਾਬ ਸਰਕਾਰ ਦਾ ਯੋਗਦਾਨ ਹੈ। ਆਹ 3-4 ਕਮਰੇ ਹੁੰਦੇ ਸੀ ਪੁਰਾਣੇ ਬੇਰੰਗੇ ਮਾਰਸੀ, ਜਿਨ੍ਹਾਂ ਨੂੰ ਪੇਂਟ ਵਰਕ ਦੇ ਰਾਹੀਂ ਤੁਸੀਂ ਦੇਖਿਆ ਵੀ ਸਜਾਇਆ ਹੋਇਆ ਸੀ। ਉੱਧਰਲੀ ਬਿਲਡਿੰਗ ਸਾਰੀ ਇਹ ਸਰਕਾਰੀ ਗ੍ਰਾਂਟਾਂ ਨਾਲ ਬਣੀ ਹੋਈ ਹੈ, ਔਰ ਇਹਦੇ ਵਿੱਚ ਨਾਲ 1 ਰੁਪਇਆ ਜੇ ਸਰਕਾਰੀ ਗ੍ਰਾਂਟ ਦਾ ਅਸੀਂ ਉਹਨੂੰ 1.5 ਰੁਪਇਆ ਡੂਘਾ ਕਰਕੇ ਲਾਇਆ, ਤਾਂ ਉਹ ਦਾਨੀਆਂ ਦੇ ਸੱਜਣਾਂ ਦੇ ਸਹਿਯੋਗ ਦੇ ਨਾਲ ਲਾਇਆ। ਗੱਲ ਕਰੀਏ ਜਦੋਂ ਤੁਸੀਂ ਆਏ ਹੋ ਉਦੋਂ ਇੱਥੇ ਆਪਣਾ ਬੱਚੇ ਸੀ 33 ਸਿਰਫ, ਹੁਣ ਕਿੰਨੇ ਬੱਚੇ ਨੇ, ਕਿੰਨੇ ਕੁ ਪਿੰਡਾਂ ਤੋਂ ਇੱਥੇ ਬੱਚੇ ਆਉਂਦੇ ਨੇ? ਜੇ ਆਪਾਂ ਗੱਲ ਕਰੀਏ ਅੱਜ ਇਹ ਸਕੂਲ ਹੈ ਜਿਹੜਾ ਪ੍ਰਾਈਵੇਟ ਨਹੀਂ ਵੀ ਆਪਣਾ ਜਿਹੜੇ ਹੈਗੇ ਸਕੂਲ, ਉਹਨਾਂ ਨੂੰ ਵੀ ਆਪਾਂ ਮਾਰ ਦੇ ਰਹੇ ਹਾਂ। ਜੀ ਮੈਂ ਦੱਸ ਰਿਹਾ ਸੀ ਕਿ 2015 'ਚ ਤਾਂ ਪਿੰਡ ਆਪਣੇ ਕੋਠੇ ਇੰਦਰ ਸਿੰਘ ਦੇ ਬੱਚੇ ਇੱਥੇ ਆਉਣਾ ਪਸੰਦ ਨਹੀਂ ਸੀ ਕਰਦੇ ਸਕੂਲ ਨੂੰ, ਹਾਲਤ ਨੂੰ ਦੇਖ ਕੇ। ਅੱਜ ਹਾਲਾਤ ਇਹ ਬਣਿਆ ਕਿ 16 ਪਿੰਡਾਂ ਦੇ ਬੱਚੇ ਇੱਥੇ ਵੈਨਾਂ ਦੇ ਥਰੂ ਆ ਰਹੇ ਆ, ਤਾਂ ਉਹ ਪੜ੍ਹਾਈ ਦੀਆਂ ਸਹੂਲਤਾਂ ਕਰਕੇ, ਪੜ੍ਹਾਈ ਦਾ ਲੈਵਲ ਕਰਕੇ। ਔਰ ਤੁਸੀਂ ਹੈਰਾਨ ਹੋਵੋਗੇ ਕਿ ਇਸ ਸਕੂਲ ਦੇ ਵਿੱਚ ਦਾਖਲਾ ਲੈਣ ਲਈ ਲੋਕ ਸਿਫਾਰਿਸ਼ਾਂ ਲਵਾ ਰਹੇ ਆ। ਸਾਲ ਪਹਿਲਾਂ ਆਪਣੇ ਬੱਚਿਆਂ ਦੇ ਜਿਹੜੇ ਡਾਕੂਮੈਂਟ ਉਹ ਸਬਮਿਟ ਕਰਵਾ ਰਿਹਾ ਕਿ ਸਾਡੇ ਬੱਚੇ ਦਾ ਕਿਤੇ ਨੰਬਰ ਨਾ ਰਹਿ ਜਾਵੇ, ਤਾਂ ਸਾਡੇ ਸਰਪੰਚ ਸਾਹਿਬ ਨੂੰ ਮਾਣ ਮਹਿਸੂਸ ਹੁੰਦਾ ਇਹ ਗੱਲ ਦਾ, ਜਦੋਂ ਸਾਨੂੰ ਵੀ ਮਾਣ ਮਹਿਸੂਸ ਹੁੰਦਾ ਆਪਣੇ ਆਪ 'ਚ ਵੀ ਸਰਪੰਚ ਸਾਹਿਬ ਦੀ ਸਿਫਾਰਿਸ਼ ਆ ਰਹੀ ਹੈ ਵੀ ਜੀ ਆਹ ਬੱਚਾ ਤਾਂ ਕਰੋ। ਪਰ ਕਿਤੇ ਨਾ ਕਿਤੇ ਕਿਉਂਕਿ ਅਸੀਂ ਇੱਥੇ ਪੋਸਟਾਂ 240 ਬੱਚੇ ਨੇ, ਪੋਸਟਾਂ 9 ਨੇ ਪਰ ਅਸੀਂ ਟੀਚਰ 5 ਹਾਂ, ਤਾਂ ਓਵਰਬਰਡਨ ਸਾਡਾ ਵਰਕ ਚੱਲਦਾ ਹਰ ਰੋਜ਼, ਅਤੇ ਇਸ ਕਰਕੇ ਬੱਚਿਆਂ ਨੂੰ ਕੁਛ ਐਜੂਕੇਸ਼ਨ ਲੈਵਲ ਉਹਨਾਂ ਦਾ ਬੂਸਟ ਅਪ ਕਰਨਾ, ਕੁਛ ਦੇਣਾ ਵੀ ਹੈ, ਤਾਂ ਇਹ ਸਾਨੂੰ ਲਿਮਿਟ ਰੱਖਣੀ ਵੀ ਪੈਂਦੀ ਹੈ ਕਿ ਜੇ ਹੁਣ ਇੱਕ ਟੀਚਰ ਨੂੰ ਕਹਿ ਦਈਏ ਵੀ ਤੂੰ 200 ਬੱਚਾ ਇਕੱਲੇ ਨੇ ਪੜ੍ਹਾਉਣਾ, ਤਾਂ ਉਹਨਾਂ ਨੂੰ ਦੇ ਨਹੀਂ ਪਾਏਗਾ ਕੁਛ ਬੱਚਿਆਂ ਨੂੰ ਐਜੂਕੇਸ਼ਨ ਲੈਵਲ 'ਤੇ, ਤਾਂ ਅਸੀਂ ਉਹ ਚੀਜ਼ ਬਣਾਉਣ ਦੇ ਲਈ ਥੋੜ੍ਹਾ ਲਿਮਿਟੇਸ਼ਨ ਕੀਤੀਆਂ। ਵੈਸੇ ਉਮੀਦ ਵੀ ਕਰਦੇ ਹਾਂ ਕਿ ਸਰਕਾਰ ਸਾਡੀ ਇਹ ਕਮੀ ਵੀ ਪੂਰਾ ਕਰੂਗੀ ਅਤੇ ਸਕੂਲ ਆ ਜਿਹੜਾ ਹੋਰ ਉੱਚਾਈਆਂ ਬੁਲੰਦੀਆਂ 'ਤੇ ਜਾਵੇਗਾ। ਗੱਲ ਕਰ ਜੇ ਆਪਾਂ ਗੱਲ ਕਰੀਏ, ਅੱਜ ਕੱਲ੍ਹ ਜਿਹੜੇ ਜ਼ਿਆਦਾਤਰ ਲੋਕ ਨੇ, ਹਰ ਇੱਕ ਬੰਦੇ ਕਹਿੰਦੇ ਵੀ ਜਦੋਂ ਮੈਂ ਟੀਚਰ ਬਣ ਗਿਆ ਤਾਂ ਮੈਂ ਸਰਕਾਰੀ ਸਕੂਲ ਜਾਵਾਂ, ਲੇਕਿਨ ਉਹਨਾਂ ਦੇ ਆਪਦੇ ਬੱਚੇ ਨੇ ਜਿਹੜੇ ਉਹ ਹੈਗੇ ਨੇ ਪ੍ਰਾਈਵੇਟ ਸਕੂਲ ਨੇ ਪੜ੍ਹਦੇ, ਤੁਹਾਡੇ ਬੱਚੇ ਕਿੱਥੇ ਪੜ੍ਹਦੇ ਨੇ? ਦੇਖੋ ਜੀ, ਜਦੋਂ ਤੁਸੀਂ ਕਿਸੇ ਲਈ ਉਦਾਹਰਨ ਬਣਨੀ ਹੈ ਤਾਂ ਘਰ ਤੋਂ ਸ਼ੁਰੂਆਤ ਕਰਨੀ ਪਏਗੀ ਇਸ ਸਕੂਲ ਨੂੰ ਬਣਾਉਣ ਦੇ ਲਈ। ਜੇ ਡੋਨਰਸ ਦੀ ਗੱਲ ਕਰੋਗੇ, ਸਭ ਤੋਂ ਪਹਿਲਾਂ ਡੋਨੇਸ਼ਨ ਮੈਂ ਆਪਦਾ ਦਸਵੰਧ ਕੱਢਦਾ ਸੀਗਾ, ਉਸ ਤੋਂ ਬਾਅਦ ਮੇਰੇ ਮਗਰ ਸਾਰਾ ਪਿੰਡ ਚੱਲਦਾ ਸੀਗਾ। ਔਰ ਜਿਹੜੀ ਤੁਸੀਂ ਗੱਲ ਕਹੀ ਹੈ ਸਰਕਾਰੀ ਸਕੂਲ ਆਪਦੇ ਬੱਚਿਆਂ ਨੂੰ ਪੜ੍ਹਾਉਣ ਵਾਲੀ ਗੱਲ, ਤਾਂ ਜਦੋਂ ਮੈਂ ਬਾਹਰਲੇ ਪਿੰਡਾਂ ਦਾ ਦਾਖਲਾ ਕੀਤਾ, ਮੇਰਾ ਬੱਚਾ ਆਪਦਾ ਵੀ ਪ੍ਰਾਈਵੇਟ 'ਚ ਪੜ੍ਹਦਾ ਸੀ ਪਹਿਲਾਂ, ਤਾਂ ਉਹਨਾਂ ਨੂੰ ਉਦਾਹਰਨ ਦੇ ਲਈ ਮੈਂ ਉਹਨੂੰ ਪਹਿਲਾਂ ਆਪਦੇ ਸਕੂਲ 'ਚ ਸ਼ਿਫਟ ਕੀਤਾ, ਕਿਉਂਕਿ ਮੈਨੂੰ ਪਤਾ ਸੀ ਮੇਰੇ ਕੋਲ ਸਵਾਲ ਆਉਣਗੇ ਜਦੋਂ ਮੈਂ ਪ੍ਰਾਈਵੇਟ ਸਕੂਲਾਂ ਵਾਲਿਆਂ ਕੋਲ ਜਾਊਂਗਾ ਕਿ ਮਾਸਟਰ ਜੀ ਤੁਹਾਡੇ ਬੱਚੇ ਕਿੱਥੇ ਪੜ੍ਹਦੇ ਆ। ਆਮ ਤੌਰ 'ਤੇ ਮੀਡੀਆ 'ਚ ਇਹ ਸਵਾਲ ਮੈਂ ਘੁੰਮਦਾ ਦੇਖਦਾ ਸੀ, ਤਾਂ ਮੈਂ ਆਪਦੇ ਬੱਚੇ ਨੂੰ ਇੱਥੇ ਪੜ੍ਹਾਇਆ। ਤਾਂ ਮਤਲਬ ਜੇ ਦੇਖੋ ਤੁਹਾਡੇ 'ਚ ਦਮ ਹੈ, ਤੁਹਾਡੇ 'ਚ ਤੁਹਾਡੇ ਕੋਲ ਟੈਲੈਂਟ ਹੈ, ਤੁਸੀਂ ਕੁਛ ਵੀ ਕਰ ਸਕਦੇ ਹੋ, ਪਰ ਕੁਛ ਕੁ ਮਜਬੂਰੀਆਂ ਬਣ ਜਾਂਦੀਆਂ ਕਿਉਂਕਿ ਸਾਡੇ ਟੀਚਰਸ ਦੀਆਂ ਨਾ ਪੜ੍ਹਾਈ ਦੇ ਕੰਮ ਤੋਂ ਇਲਾਵਾ ਇੰਨੀਆਂ ਕੁ ਜ਼ਿਆਦਾ ਜ਼ਿੰਮੇਵਾਰੀਆਂ ਨੇ, ਕਈ ਵਾਰੀ ਨਿਭਾਉਂਦੇ ਸਾਨੂੰ ਸਕੂਲ ਤੋਂ ਬਾਹਰ ਜਾਣਾ ਪੈਂਦਾ ਹਫ਼ਤੇ 10-10 ਦਿਨ ਲਈ। ਮੈਨੂੰ ਪਤਾ ਵੀ ਮੈਂ ਆਪਦੇ ਜਵਾਕ ਨੂੰ ਵੀ ਨਾਲ ਹੀ ਟੰਗੀ ਫਿਰਦਾ ਹੁੰਦਾ ਸੀ ਉਦੋਂ, ਕਿਉਂਕਿ BLO ਡਿਊਟੀ ਲੱਗ ਗਈ, ਤੁਸੀਂ ਜਾਣਾ ਸਕੂਲ 'ਚ ਨਹੀਂ, ਉਦੋਂ ਨਾਲ ਉਹਨਾਂ ਦੀ ਵੀ ਪੜ੍ਹਾਈ ਖਰਾਬ ਹੁੰਦੀ ਹੈ। ਸੋ ਇਹ ਚੀਜ਼ਾਂ ਜ਼ਰੂਰ ਸਾਨੂੰ ਦਿੱਕਤਾਂ ਕਰਦੀਆਂ। ਵੈਸੇ ਜੇ ਇੱਕ ਸਰਕਾਰੀ ਟੀਚਰ ਆਪਣੀ ਡਿਊਟੀ ਨਿਭਾਉਣ 'ਤੇ ਅੱਜ ਤਾਂ ਮੈਨੂੰ ਲੱਗਦਾ ਕੋਈ ਵੀ ਪ੍ਰਾਈਵੇਟ ਸਕੂਲ ਉਹਦਾ ਮੁਕਾਬਲਾ ਨਹੀਂ ਕਰ ਸਕਦਾ। ਗੱਲ ਕਰੀਏ ਅੱਜ ਤੁਹਾਨੂੰ ਜਿਹੜਾ ਇਹ ਨੈਸ਼ਨਲ ਅਵਾਰਡ ਮਿਲਿਆ ਟੀਚਰ ਜਿਹੜਾ, ਉਹ ਕਹਿੰਦਾ ਵੀ ਜਦੋਂ ਹੁਣ ਤਾਂ ਜੀ 2 ਵਜਣ ਵਾਲੇ 1:45 ਉਹ ਜਾਣ ਦੀ ਆਪ ਤਿਆਰੀ ਕਰ ਜਾਂਦਾ, ਅਤੇ ਫਿਰ ਉਹਨਾਂ ਟੀਚਰਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਵੀ ਜਿਹੜਾ ਐਡਾ ਬੜਾ ਤੁਹਾਨੂੰ ਅਵਾਰਡ ਮਿਲਿਆ ਇਸ ਨੂੰ ਕਿਵੇਂ ਮਿਲਦਾ? ਇਹ ਅਵਾਰਡ ਤੁਹਾਡੀ ਡੈਡੀਕੇਸ਼ਨ ਨੂੰ ਮਿਲਦਾ, ਕਿਉਂਕਿ ਡਿਊਟੀ ਤਾਂ ਸਰਕਾਰ ਪਤਾ ਨਹੀਂ ਕਿੰਨੇ ਲੱਖਾਂ ਟੀਚਰ ਆਪਣੇ ਪੰਜਾਬ 'ਚ ਹੀ ਨੇ, ਔਰ ਲੱਖਾਂ ਦੇ ਲੱਖਾਂ 'ਚੋਂ ਬਹੁਤ ਜ਼ਿਆਦਾ ਮਿਹਨਤੀ ਵੀ ਹੋਣਗੇ, ਮੀਡੀਅਮ ਵੀ ਹੋਣਗੇ, ਅਤੇ ਕੁਛ ਮਤਲਬ ਆਪਾਂ ਉਹ ਵੀ ਕਹਿ ਸਕਦੇ ਹਾਂ ਵੀ ਜਿਹੜੇ ਡਿਊਟੀ ਨਹੀਂ ਕਰਦੇ ਆਪਦੀ, ਉਦਾਂ ਦੇ ਵੀ ਹੋਣਗੇ। ਚਲੋ ਫਿਜ਼ੀਕਲ ਕਿਸੇ ਦੀ ਪ੍ਰੋਬਲਮ ਹੋ ਸਕਦੀ ਹੈ, ਵੈਸੇ ਕਾਫੀ ਗਿਣਤੀ ਟੀਚਰ ਮਿਹਨਤੀ ਨੇ, ਆਪਣੇ ਸਟੇਟ ਅਵਾਰਡ ਤੁਸੀਂ ਦੇਖਿਆ ਕਈ ਟੀਚਰਾਂ ਨੂੰ ਮਿਲ ਰਿਹਾ, ਉਹਨਾਂ ਦੀ ਮਿਹਨਤ ਦੀ ਬਦੌਲਤ ਮਿਲ ਰਿਹਾ, ਉਹਨਾਂ ਦੇ ਕੰਮਾਂ ਦੀ ਬਦੌਲਤ ਮਿਲ ਰਿਹਾ। ਪਰ ਜੋ ਮੈਂ ਇਹ ਕਹਿਣਾ ਚਾਹੁੰਦਾ ਕਿ ਇੱਕ ਟੀਚਰ ਨੈਸ਼ਨਲ ਬਿਲਡਰ ਦੀ ਉਹਨੂੰ ਖਿਤਾਬ ਦਿੱਤਾ ਜਾਂਦਾ ਹੈ, ਆਦਰਮਾਨ ਦਿੱਤਾ ਜਾਂਦਾ ਕਿ ਸਾਨੂੰ ਆਪਣੀ ਡਿਊਟੀ ਜ਼ਰੂਰ ਜ਼ਰੂਰ। ਦੇਖੋ ਇੱਕ ਬੈਂਕ ਵਾਲਾ ਮੁਲਾਜ਼ਮ ਆਪਦੀ ਡਿਊਟੀ ਕੁਤਾਹੀ ਕਰਜ਼ੇ ਚੱਲ ਜੂਗਾ, ਇੱਕ ਹੋਰ ਡਾਕਖਾਨੇ ਦਾ ਮੁਲਾਜ਼ਮ ਆਪਦੀ ਕੁਤਾਹੀ ਕਰਜ਼ੇ ਕਿਸੇ ਦੀ ਡਾਕ ਰਹਿ ਜੂਗੀ, ਡਾਕ ਗਵਾ ਸਕਦੀ ਹੈ, ਬਟ ਇੱਕ ਟੀਚਰ ਜਦੋਂ ਕੁਤਾਹੀ ਕਰਜ਼ੇ ਤਾਂ ਇੱਕ ਬੱਚੇ ਦਾ ਭਵਿੱਖ ਜੁੜਿਆ ਹੁੰਦਾ।
ਇਸੇ ਕਰਕੇ ਮਤਲਬ ਮਾਣ ਮਹਿਸੂਸ ਹੁੰਦਾ ਕਿ ਰਾਸ਼ਟਰਪਤੀ ਜੀ ਨੇ ਆਪਣੇ ਭਾਸ਼ਣ 'ਚ ਉਹਨਾਂ ਨੇ ਗੁਰੂ ਦੇਵ ਦਾ ਖਿਤਾਬ ਦਿੱਤਾ, ਪ੍ਰਧਾਨ ਮੰਤਰੀ ਜੀ ਨੇ ਵੀ ਆਪਣੇ ਗੁਰੂ ਜੀ ਨੂੰ ਯਾਦ ਕੀਤਾ ਕਿ ਮੈਂ ਪ੍ਰਧਾਨ ਮੰਤਰੀ ਹਾਂ, ਅੱਜ ਮੇਰੇ ਗੁਰੂ ਕਰਕੇ ਹਾਂ। ਦੇਖੋ ਉਹਨਾਂ ਨੇ ਆਪਦੇ ਗੁਰੂ ਨੂੰ ਯਾਦ ਕੀਤਾ। ਸਾਨੂੰ ਵੀ ਕਿਤੇ ਨਾ ਕਿਤੇ ਬੱਚੇ ਵੱਡੇ ਹੋ ਕੇ ਸ਼ਕਲਾਂ ਚੇਂਜ ਹੋ ਜਾਂਦੀਆਂ, ਪਛਾਣ ਨੂੰ ਹਟ ਜਾਂਦੇ ਆ, ਮਤਲਬ ਟੀਚਰ ਨੂੰ ਪਛਾਣ ਨਹੀਂ ਆਉਂਦੀ ਉਹਨਾਂ ਦੀ। ਪਰ ਦੇਖੋ ਮੈਂ ਵੀ ਅੱਜ ਜਦੋਂ ਆਇਆ ਮੈਂ ਆਪਣੇ ਗੁਰੂ ਜੀ ਦੇ ਮਤਲਬ ਆਦਰਮਾਨ ਕਰਕੇ ਆਇਆ। ਮੈਡਮ ਕਮਲੇਸ਼ ਜੀ ਗੁੰਨੇ ਨੇ ਉਹਨਾਂ ਨੇ ਮੈਨੂੰ ਕਿਸੇ ਟਾਈਮ ਬੁਰੀ ਸੰਗਤ ਤੋਂ ਬਚਾਇਆ ਸੀ, ਜਿਹਦੇ ਕਰਕੇ ਮੈਂ ਅੱਜ ਇੱਥੇ ਖੜਾ। ਮੇਰੀ ਭੈਣ ਰਣਜੀਤ ਕੌਰ ਜੀ ਨੇ ਮੈਨੂੰ ਇਸ ਰਾਹ ਪਾਇਆ, ਟੀਚਰ ਬਣਾਇਆ, ਮੈਂ ਮਤਲਬ ਉਹਨਾਂ ਦਾ ਦਿਨ ਕਿਵੇਂ ਭੁੱਲ ਜਾਵਾਂ। ਤਾਂ ਇਸ ਕਰਕੇ ਸਾਨੂੰ ਆਪਦੀ ਪਾਵਰ ਨੂੰ ਸਿਆਣਨਾ ਚਾਹੀਦਾ, ਸਾਨੂੰ ਆਪਦੀ ਡਿਊਟੀ ਬੜੀ ਮਿਹਨਤ ਨਾਲ, ਸ਼ਿੱਦਤ ਨਾਲ, ਡੈਡੀਕੇਸ਼ਨ ਦੇ ਨਾਲ ਨਿਭਾਉਣੀ ਚਾਹੀਦੀ ਹੈ। ਦੇਖਦੇ ਪ੍ਰਧਾਨ ਮੰਤਰੀ ਨਾਲ ਫਿਰ ਤੁਹਾਡੇ ਵੱਲੋਂ ਵੀ ਆਪਣਾ ਵੀ ਇੱਕ ਵਿਚਾਰ ਦਾ ਸਾਂਝਾ ਕੀਤਾ ਗਿਆ, ਕਿਸ ਤਰ੍ਹਾਂ ਲੱਗਿਆ ਫਿਰ ਉਸ ਟਾਈਮ? ਜੀ ਬੜਾ ਮਾਣ, ਜਿਨ੍ਹਾਂ ਨੂੰ ਅਸੀਂ ਟੀਵੀ 'ਤੇ ਹੀ ਦੇਖ ਸਕਦੇ ਹਾਂ, ਜਿਨ੍ਹਾਂ ਨੂੰ ਅਸੀਂ ਪ੍ਰਿੰਟ ਮੀਡੀਆ ਅਖਬਾਰਾਂ 'ਚ ਹੀ ਦੇਖ ਸਕਦੇ ਹਾਂ, ਜੇ ਤੁਸੀਂ ਉਹਨਾਂ ਨੂੰ ਇੱਦਾਂ ਖੜੋ ਤਾਂ ਦੇਖੋ ਦਿਲ ਦੀ ਧੜਕਣ ਵੱਧ ਜਾਣਾ ਲਾਜ਼ਮੀ ਹੈ। ਔਰ ਬਿਲਕੁਲ ਫੇਸ ਟੂ ਫੇਸ ਅਸੀਂ ਬੈਠੇ ਸੀ, ਔਰ ਬਾਅਦ 'ਚ ਜਦੋਂ ਉਹਨਾਂ ਨੇ ਫੋਟੋ ਖਿਚਾਈ ਹੈ ਜਸਟ ਐਂ ਖੜੇ ਸੀ ਜਿਵੇਂ ਤੁਸੀਂ ਖੜੇ ਹੋ, ਤਾਂ ਰਾਸ਼ਟਰਪਤੀ ਜੀ ਉਹਨਾਂ ਦੇ ਮੂੰਹ 'ਚੋਂ ਕੰਗਰੈਜੂਲੇਸ਼ਨ ਸ਼ਬਦ ਤੁਸੀਂ ਸੁਣ ਰਹੇ ਹੋ, ਫੇਸ ਟੂ ਫੇਸ ਫਿਜ਼ੀਕਲੀ ਕੋਲ ਖੜ ਕੇ। ਬਾਕੀ ਅਵਾਰਡ ਛੋਟੀਆਂ ਚੀਜ਼ਾਂ ਨੇ, ਦੇਖੋ ਇਹ ਮਾਨਣ ਦੇ ਪਲ ਨੇ। ਸਾਨੂੰ 5-star ਹੋਟਲ ਦੀ ਜਿਹੜੀ ਆ ਉਹ ਦਿੱਤੀ ਗਈ ਹੈ ਫੈਸਿਲਿਟੀ ਉੱਥੇ, ਸਾਨੂੰ ਮਤਲਬ ਉਹ ਲਗਜ਼ਰੀ ਬੱਸਾਂ ਦਿੱਤੀਆਂ ਗਈਆਂ ਉੱਥੇ, ਸਾਨੂੰ ਲੈ ਕੇ ਜਾਂਦੀਆਂ ਸੀ, ਮਤਲਬ ਕਾਲੀਨ ਤੋਂ ਸਾਡੇ ਪੈਰ ਨੀਚੇ ਨਹੀਂ ਉਤਰੇ 3 ਤਰੀਕ ਤੋਂ ਲੈ ਕੇ 7 ਤਰੀਕ ਤੱਕ। ਔਰ ਉਹ ਹੋਟਲ ਮਤਲਬ ਉੱਥੇ ਮਤਲਬ ਚਾਹ ਦਾ ਕੱਪ ਵੀ ਮੈਨੂੰ ਲੱਗਦਾ 400-500 ਦਾ ਸ਼ਾਇਦ। ਉਸ ਹੋਟਲ ਦੇ ਵਿੱਚ ਅਸੀਂ ਸ਼ਾਹੀ ਖਾਣੇ ਖਾਧੇ ਆ, ਮੈਨੂੰ ਲੱਗਦਾ ਇੰਨੇ ਖਾਣੇ ਨਾ ਤਾਂ ਮੈਂ ਜ਼ਿੰਦਗੀ 'ਚ ਖਾਧੇ ਆ ਕਦੇ, ਨਾ ਮੈਂ ਇੰਨਾ ਜਿਹੜਾ VIP ਟ੍ਰੀਟਮੈਂਟ ਇਹ ਤੋਂ ਪਹਿਲਾਂ ਮਾਣਿਆ। ਤਾਂ ਉਹ ਸਾਰਾ ਸਾਰੀ ਉਮਰ ਤਾਂ ਉਮਰ ਮੇਰੀ ਜ਼ਿੰਦਗੀ ਦਾ ਹਿੱਸਾ ਰਹੂ, ਮਜ਼ਾ ਮੈਨੂੰ ਮਹਿਸੂਸ ਹੁੰਦਾ ਰਹੂਗਾ ਉਹਦਾ। ਲੱਗਦਾ ਨਹੀਂ ਵੀ ਜਿੰਨਾ ਕਿ ਤੁਸੀਂ ਵੀ ਆਪਣਾ ਜ਼ਿੰਦਗੀ ਸੰਘਰਸ਼ ਕੀਤਾ ਸੀਗਾ ਉਸ ਨੂੰ ਆਪਾਂ ਇੰਨੇ ਦਿਨਾਂ 'ਚ ਮਿਲ ਗਿਆ? ਉਹ ਸੰਘਰਸ਼ ਤਾਂ ਮੈਨੂੰ ਬਹੁਤ ਛੋਟਾ ਲੱਗ ਰਿਹਾ, ਮੈਨੂੰ ਲੱਗਦਾ ਜਿਹੜਾ ਮੈਂ ਕੰਮ ਕੀਤਾ ਸੀ ਤਾਂ ਉਹ ਤਾਂ ਤੇਰੀ ਮਿਹਨਤ ਰਜਿੰਦਰ ਸਿੰਘ ਜ਼ੀਰੋ ਹੋ ਗਈ ਹੈ। ਉਹਨਾਂ ਨੇ ਲੋਕਾਂ ਨੇ ਤੈਨੂੰ ਸਤਿਕਾਰ ਦੇ ਪਲ ਇੰਨੇ ਦਿੱਤੇ, ਜਿਵੇਂ ਤੁਸੀਂ ਦੇਖਿਆ ਗੁੰਨਿਆਂ ਨੇ ਤੂੰ ਅੱਜ ਵੱਡਾ ਕਾਰਵਾ ਇੱਕ, ਜਿਵੇਂ ਕੋਈ MLA ਜਾ ਰਿਹਾ ਹੁੰਦਾ ਉਹਦੇ ਮਗਰ ਚੋਣਾਂ ਦੇ ਵੇਲੇ ਗੱਡੀਆਂ ਦਾ ਰਸ਼ ਹੁੰਦਾ, ਤਾਂ ਇੱਥੇ ਕੋਈ MLA ਨਹੀਂ ਸੀ, ਕੋਈ ਚੋਣਾਂ ਦਾ ਰਸ਼ ਨਹੀਂ ਸੀਗਾ, ਇੱਕ ਰਿਸਪੈਕਟ ਸੀਗੀ, ਇੱਕ ਤੁਹਾਡੇ ਦਿਲ ਦੇ ਅੰਦਰ ਸਤਿਕਾਰ ਲੋਕਾਂ ਦੇ ਵਿੱਚ ਜਿਹੜਾ ਤੁਸੀਂ ਮਤਲਬ ਕਮਾਇਆ ਉਹ ਸੀਗਾ ਕਿ ਲੋਕਾਂ ਨੇ ਫੁੱਲਾਂ ਦੀ ਵਰਖਾ ਕੀਤੀ, ਤਾੜੀਆਂ ਵਜਾਈਆਂ, ਸਲਿਊਟ ਕੀਤੇ, ਬੱਚਿਆਂ ਨੇ ਭੰਗੜੇ ਪਾਏ, ਸਕੂਲ ਵਾਲਿਆਂ ਨੇ ਫੁੱਲਾਂ ਦੀ ਵਰਖਾ ਕੀਤੀ ਮੇਰੇ ਉੱਤੋਂ ਦੀ, ਔਰ ਮੇਰੇ ਮੂਹਰੇ ਨੱਚਦੇ ਟੱਪਦੇ ਆਏ ਆ ਕਿ ਸਾਡੇ ਅਧਿਆਪਕ ਨੂੰ ਅੱਜ ਐਡਾ ਵੱਡਾ ਮਾਣ ਮਿਲਿਆ। ਔਰ ਕੁਛ ਕੁ ਮੈਨੂੰ ਐਂ ਵੀ ਲੱਗਦਾ ਕਿ ਇਹ ਬਠਿੰਡੇ 'ਚ ਪਹਿਲੀ ਵਾਰੀ ਹੋਇਆ ਤਾਂ ਪੂਰਾ ਬਠਿੰਡਾ ਇਸ ਦੀ ਖੁਸ਼ੀ ਮਨਾ ਰਿਹਾ, ਅਤੇ ਮੈਂ ਇਹਦਾ ਹਿੱਸੇਦਾਰ ਬਣਿਆ, ਇਹ ਮਾਣ ਮੈਨੂੰ ਪ੍ਰਮਾਤਮਾ ਨੇ ਬਖਸ਼ਿਆ। ਨਾਟ ਸਵਾਲ ਹੈ, ਟੀਚਰ ਨੇ ਜਿਹੜੇ ਉਹਨਾਂ ਨੂੰ ਫਿਰ ਕੀ ਸੰਦੇਸ਼ ਦੇਣਾ ਚਾਹੁੰਦੇ ਵੀ ਜੀ ਇੱਥੇ ਤੱਕ ਪਹੁੰਚਣ ਦਾ ਕੀ ਕੁਛ ਕਰਨਾ ਚਾਹੀਦਾ? ਦੇਖੋ ਤੁਸੀਂ ਆਪਣੇ ਕਿੱਤੇ ਨੂੰ ਡੈਡੀਕੇਸ਼ਨ ਦੇ ਨਾਲ ਕਰੋ, ਪ੍ਰਮਾਤਮਾ ਤੁਹਾਡਾ ਹੱਥ ਫੜੇਗਾ। ਜਿੱਥੇ ਲੋਕ ਵੀ ਸਾਥ ਤੁਹਾਡਾ ਛੱਡ ਜਾਂਦੇ ਉੱਥੇ ਪ੍ਰਮਾਤਮਾ ਹਮੇਸ਼ਾ ਤੁਹਾਡੇ ਨਾਲ ਹੁੰਦਾ, ਅਤੇ ਜੇ ਤੁਸੀਂ ਆਪਣੀ ਮਿਹਨਤ ਦਿਲ ਨਾਲ ਕਰ ਰਹੇ ਹੋ ਤਾਂ ਪ੍ਰਮਾਤਮਾ ਦਾ ਫਲ ਕਿਸੇ ਨਾ ਕਿਸੇ ਰੂਪ 'ਚ ਦਿੰਦਾ ਹੀ ਹੈ। ਜਿਸ ਹਿਸਾਬ ਨਾਲ ਮੇਰੀ ਮਿਹਨਤ ਸੀ ਮੈਨੂੰ ਉਹਦਾ ਫਲ ਇਹ ਮੈਂ ਤੁਹਾਨੂੰ ਦੱਸਿਆ ਜਿਹੜਾ ਇਸ 'ਚ ਮਿਲਿਆ, ਤਾਂ ਜੇ ਤੁਸੀਂ ਮਿਹਨਤ ਕਰਦੇ ਹੋ ਉਹਦੇ ਗ੍ਰੇਡ ਬਣ ਜਾਂਦੇ ਅੱਗੇ ਜਾ ਕੇ। ਦੇਖੋ ਮਿਹਨਤੀ ਸਾਰੇ ਆਪਣੇ ਨੂੰ ਕਹਿੰਦੇ ਆ, ਪਰ ਉਹਦਾ ਜੇ ਗ੍ਰੇਡੇਸ਼ਨ ਕਰਾਂਗੇ ਤਾਂ ਸਾਨੂੰ ਕਈ ਲੈਵਲ ਮਿਲ ਜਾਣਗੇ ਕਿ ਤੁਸੀਂ ਕਿਸ ਲੈਵਲ ਦੀ ਮਿਹਨਤ ਕਰਦੇ ਹੋ। ਜਿਵੇਂ ਇਨਰੋਲਮੈਂਟ ਦੇ ਵਿੱਚ ਇਸ ਛੋਟੇ ਜਿਹੇ ਸਕੂਲ ਨੇ ਪੰਜਾਬ ਲੈਵਲ 'ਤੇ ਰਿਕਾਰਡ ਕਾਇਮ ਕਰਤਾ, ਤਾਂ ਇੱਕ ਡੈਡੀਕੇਸ਼ਨ ਹੈ। ਦੇਖੋ ਵੱਡੇ ਪਿੰਡਾਂ ਦੇ ਨਹੀਂ ਬੱਚੇ ਦਾਖਲ ਹੋਏ, ਇੱਥੇ ਦਾਖਲ ਹੋ ਗਏ, ਤਾਂ ਉਹ ਤੁਹਾਡੀ ਡੈਡੀਕੇਸ਼ਨ ਸੀਗੀ ਕਿਤੇ ਨਾ ਕਿਤੇ। ਤਾਂ ਇਹ ਚੀਜ਼ਾਂ ਦੇ ਕਿਰਦਾਰ ਫੇਰ ਹੀ ਬਣਨਗੇ ਜੇ ਅਸੀਂ ਮਿਹਨਤੀ ਬਣਾਂਗੇ। ਔਰ ਇੱਕ ਟੀਚਰ ਨੂੰ ਤਾਂ ਮਿਹਨਤੀ ਹੋਣਾ ਹੀ ਚਾਹੀਦਾ, ਮੈਂ ਉਹਨੂੰ ਬਣਨਾ ਹੀ ਪਊਗਾ ਕਿਉਂਕਿ ਸਾਰੇ ਬੱਚਿਆਂ ਦਾ ਭਵਿੱਖ ਤੁਹਾਡੇ ਹੱਥ ਦੇ ਵਿੱਚ ਹੈ। ਇੱਕ ਸਵਾਲ ਹੋਰ ਸੀਗਾ ਮੈਂ, ਇੱਕ ਸਵਾਲ ਹੋਰ ਆ ਗਿਆ, ਪੰਜਾਬ ਸਰਕਾਰ ਹੁਣ ਕੀ ਕਰਦੀ ਹੈ ਕਿ ਵੀ ਆਪ ਸਾਰੇ ਟੀਚਰਾਂ ਨੂੰ ਕਹਿੰਦੀ ਹੈ ਵੀ ਤੁਸੀਂ ਉਹਨਾਂ ਦੇ ਘਰਾਂ 'ਚ ਜਾਓ, ਬੱਚੇ ਲੈ ਕੇ ਆਓ, ਫਿਰ ਤੁਹਾਡੇ ਕੋਲ ਬੱਚੇ ਕਿੰਨੇ ਕਿਸ ਤਰ੍ਹਾਂ ਦੇ? ਮੇਰੇ ਕੋਲ ਪਿਛਲੇ 4 ਸਾਲਾਂ ਤੋਂ ਮੈਂ ਸਕੂਲ ਤੋਂ ਬਾਹਰ ਨਹੀਂ ਗਿਆ, ਦਾਖਲਾ ਮੁਹਿੰਮ ਲਈ ਮੈਨੂੰ ਜ਼ੋਰ ਨਹੀਂ ਲਾਉਣਾ ਪਿਆ, ਅਤੇ ਬੱਚੇ ਮੇਰੇ ਕੋਲ ਜਿਵੇਂ ਆਪਾਂ ਗੜੇ ਪੈਂਦੇ ਹੁੰਦੇ ਆ ਇਸ ਤਰ੍ਹਾਂ ਆ ਰਹੇ ਆ।
ਔਰ ਇਸ ਗੱਲ ਤੇ ਰਹਿ ਮਤਲਬ 2018 ਚ ਸਿੱਖਿਆ ਸਕੱਤਰ ਮਾਣਯੋਗ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਵੀ ਹੈਰਾਨ ਹੋਏ ਸੀਗੇ। ਉਹਨਾਂ ਨੇ ਪੂਰੇ ਪੰਜਾਬ ਦੀ ਮੀਟਿੰਗ ਚ ਮੈਨੂੰ ਸਿੰਗਲ ਟੀਚਰ ਨੂੰ ਬੋਲਣ ਦਾ ਟਾਈਮ ਦਿੱਤਾ ਸੀ ਕਿ ਰਜਿੰਦਰ ਸਿੰਘ ਜੀ ਸਾਰਾ ਪੰਜਾਬ ਤੁਹਾਨੂੰ ਸੁਣ ਰਿਹਾ, ਤੁਸੀਂ ਦੱਸੋ ਕਿ ਤੁਹਾਡੇ ਕੋਲ ਕਿਹੜੀ ਗਿੱਦੜ ਸਿੰਘੀ ਹੈ ਕਿ ਤੁਸੀਂ ਚੁੰਬਕ ਦੀ ਤਰ੍ਹਾਂ ਬੱਚਿਆਂ ਨੂੰ ਖਿੱਚ ਰਹੇ ਹੋ। ਬੱਚੇ ਤੁਹਾਡੇ ਕੋਲ, ਜਿਹੜੇ ਟੀਚਰ ਪਿੰਡ 'ਚ ਜਾ ਰਹੇ ਆ, ਬੱਚੇ ਮਾਂ ਬਾਪ ਨੂੰ ਦੱਸ ਰਹੇ ਆ ਆਹ ਫ੍ਰੀ ਦੇਵਾਂਗੇ ਆਹ ਦੇਵਾਂਗੇ, ਤੁਸੀਂ ਆਓ ਸਾਡੇ ਕੋਲ ਦਾਖਲਾ ਲਓ, ਬੱਚੇ ਆ ਨਹੀਂ ਰਹੇ, ਫਿਰ ਵੀ ਘੱਟ ਆ ਰਹੇ ਜਾਂ ਬੱਚਿਆਂ ਦੀ ਗਿਣਤੀ ਘੱਟ ਰਹੀ ਆ, ਪਰ ਤੁਹਾਡੇ ਕੋਲ ਚੁੰਬਕ ਦੀ ਤਰ੍ਹਾਂ ਆ ਰਹੇ ਆ ਬੱਚੇ ਤੇ ਸਾਲ ਸਾਲ ਲੈਣ ਲੱਗ ਰਹੀ ਆ ਤੁਹਾਡੇ ਕੋਲ। ਤਾਂ ਉਦੋਂ ਮੈਂ ਇਹੀ ਐਕਸਪੀਰੀਅੰਸ ਸ਼ੇਅਰ ਕੀਤਾ ਸੀ ਕਿ ਤੁਹਾਡੀ ਡੈਡੀਕੇਸ਼ਨ ਤੇ ਮਿਹਨਤ, ਦੇਖੋ ਮੈਂ ਨਾ ਮਿਹਨਤੀ ਆ, ਸਾਡਾ ਟੀਮ ਵਰਕ ਆ ਪੂਰੇ ਸਟਾਫ ਦਾ ਕਿ ਅਸੀਂ ਬੱਚਿਆਂ ਦਾ ਐਜੂਕੇਸ਼ਨ ਲੈਵਲ ਇੰਨਾ ਕੁ ਚੱਕ ਸਕੇ ਆ ਕਿ ਅਸੀਂ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਨਾਲ ਵੀ ਉਹਨਾਂ ਦਾ ਕੰਪੀਟੀਸ਼ਨ ਅੱਜ ਕਰਵਾ ਸਕਦੇ ਹਾਂ। ਬਿਲਕੁਲ ਜੀ, ਇਹ ਸਨ ਆਪਣਾ ਉਹ ਟੀਚਰ ਜਿਨ੍ਹਾਂ ਨੂੰ ਦੇਸ਼ ਦੇ ਰਾਸ਼ਟਰਪਤੀ ਵੱਲੋਂ ਸਨਮਾਨਿਤ ਕੀਤਾ ਗਿਆ ਤੇ ਨਾਲ ਇਹਨਾਂ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਆਪਣਾ ਉਹਨਾਂ ਵੱਲੋਂ ਆਪਣਾ ਚਾਹਤਾ ਕੱਪ ਸਾਂਝਾ ਕੀਤਾ ਗਿਆ।